ਬਾਜੀ ਕੱਲ ਤੁਹਾਡੇ ਨਾਲ ਕੀ ਵਾਕਿਆ ਪੇਸ਼ ਆਇਆ ਜਰਾ ਤਫਸੀਲਨ ਤੁਹਾਨੂੰ ਦੱਸੋ। ਬਾਈ 9 ਵਜੇ ਦਾ ਟਾਈਮ ਹੈ, ਬੱਚਾ ਘਰੋਂ ਘਰ ਗਿਆ ਅਤੇ ਉਹਨਾਂ ਨੇ ਗੇਮਾਂ 'ਚ ਗਿਆ, ਉਹਨਾਂ ਨੇ ਉੱਥੇ ਨਾ ਜਾਸਤੀ ਕੀਤੀ, ਇਹਦੇ ਨਾਲ ਕੋਸ਼ਿਸ਼ ਕੀਤੀ ਹੈ ਅਤੇ ਉਹਨੇ ਸ਼ਟਲ ਸੁੱਟ ਕੇ ਇਹਦੇ ਨਾਲ ਜਾਸਤੀ ਕੀਤੀ ਹੈ, ਪੈਂਟ ਉਤਾਰੀ ਹੈ ਉਹਨਾਂ ਨੇ। ਅਸੀਂ ਜਾ ਗਏ ਰੌਲਾ ਰੱਪਾ ਪਾਇਆ, ਗਾਲੀ ਗਲੋਚ ਸਾਨੂੰ ਵੀ ਕੀਤਾ ਹੈ, ਸਾਨੂੰ ਕੁਝ ਇਨਸਾਫ਼ ਚਾਹੀਦਾ ਹੈ। ਹਾਲੇ ਵੀ ਪਰੇਸ਼ਾਨ ਹੈ। ਸ਼ਾਨ ਬੇਟੇ ਤੇਰੇ ਨਾਲ ਕੀ ਜ਼ਿਆਦਤੀ ਹੋਈ ਹੈ? ਮੈਂ ਪੈਂਟ ਲਾਇਆ, ਮੈਂ ਲੋਲਾ ਚਿੱਟਾ ਮਾਰਿਆ, ਉਹਨੇ ਬੂਹਾ ਖੋਲਿਆ ਨੇ, ਮੈਂ ਲੋਲਾ ਚਿੱਟਾ ਮਾਰਿਆ, ਫਿਰ ਉਹਨੇ ਮੇਰੀ ਉਹਦੇ ਨਾਲ ਟੱਕਰ ਮਾਰੀ, ਫਿਰ ਉਹਨੇ ਜਾ ਕੇ ਬੂਹਾ ਗਲੀ, ਮੇਰੇ ਦੰਦ ਵੀ ਟੁੱਟ ਗਏ, ਨਾਲ ਮੇਰਾ ਮੂੰਹ ਵੀ ਫਾੜ ਗਿਆ। ਅਜੀ ਤੁਸੀਂ ਐਪਲੀਕੇਸ਼ਨ ਲੈ ਕੇ ਕਿੱਥੇ ਗਿਆ ਹਜੇ? ਸੈਂਟਰ 'ਚ ਬਾਈ। ਕਿਹੜੇ ਸੈਂਟਰ 'ਚ? ਮਸਾਕ ਸੈਂਟਰ? ਹਾਂਜੀ। ਅਤੇ ਮਸਾਕ ਸੈਂਟਰ ਵਾਲਿਆਂ ਤੁਹਾਡੇ ਨਾਲ ਕੋਈ ਤਾਮਨ ਕੀਤਾ? ਨਹੀਂ। ਤੇ ਹੋਸਪਿਟਲ ਲੈ, ਹੋਸਪਿਟਲ ਲਗਾਇਆ, ਹੋਸਪਿਟਲ ਵਾਲੇ ਨੇ ਕਿਹਾ ਵੀ ਪੁਲਿਸ ਕੇਸ ਹੈ। ਹਾਂ ਪੁਲਿਸ। ਤੇ ਤੁਸੀਂ ਫਿਰ ਬਾਅਦ ਕੀ ਕੀਤਾ? ਕੁਛ ਵੀ ਨਹੀਂ ਬਾਈ, ਉਹਨਾਂ ਤਾਮਣ ਹੀ ਨਹੀਂ ਕੋਈ ਕੀਤਾ। ਅੱਛਾ ਅੱਛਾ। ਤੇ ਫਿਰ ਤੁਸੀਂ ਦੁਬਾਰਾ ਜਦੋਂ ਐਸ ਐਚ ਓ ਕੋ ਤੁਹਾਡੇ ਇਲਾਕੇ ਦੇ ਮੋਜ਼ੀਨ ਨੇ ਐਸ ਐਚ ਓ ਨੂੰ ਫੋਨ ਕਰਕੇ ਬੁਲਵਾਇਆ ਵਿੱਚ, ਐਸ ਐਚ ਓ ਨੇ ਫਿਰ ਤੁਹਾਡੇ ਨਾਲ ਕੀ ਕੋਪਰੇਟ ਕੀਤਾ? ਉਹਨੇ ਕਿਹਾ ਕਰਾਂਗੇ ਅਸੀਂ ਤਾਮਣ ਤੁਹਾਡੇ ਵਾਲੇ, ਕੀਤਾ ਨਹੀਂ ਵੈਸੇ। ਤੇ ਤੁਹਾਨੂੰ ਮੈਡੀਕਲ ਰਿਪੋਰਟ ਮਿਲ ਗਈ ਕਿ ਨਹੀਂ? ਕੀ ਕਿਹਾ ਡਾਕਟਰ, ਕੀ ਕਹਿੰਦੇ ਨੇ? ਕੀਰਵਾਲ ਦੇ। ਭਾਈ ਤੁਸੀਂ ਬੱਚੇ ਦੇ ਵਾਲਦ ਜੇ? ਹਾਂਜੀ। ਤੇ ਤੁਸੀਂ ਦੱਸੋ ਕਿ ਇਹਦੀ ਦੁਕਾਨ ਕਿਹੜੀ ਜਗ੍ਹਾ ਦੇ ਵਾਕਿਆ ਹੈ? ਭਾਈ ਤੁਸੀਂ ਬੱਚੇ ਦੇ ਵਾਲਦ ਜੇ? ਹਾਂਜੀ। ਤੇ ਇਹ ਦੁਕਾਨ ਕਿਹੜੀ ਜਗ੍ਹਾ ਦੇ ਵਾਕਿਆ ਹੈ? ਪਾਣੀ ਵਾਲੀ ਟੈਂਕੀ ਕੋਲ ਲਗਾਣਾ। ਤੇ ਨਹੀਂ ਕਿ ਇਹ ਦੁਕਾਨ 'ਚ ਕੀ ਕੀ ਰੱਖਿਆ ਹੈ? ਪੈਟਰੋਲ ਰੱਖਿਆ, ਗੇਮਾਂ ਰੱਖੀਆਂ, ਬੱਚੇ ਉੱਥੇ ਜਾਂਦੇ ਆ, ਖੇਡਦੇ ਆ, ਗਾਲੀਆਂ ਕੱਢਦਾ, ਮਾਰਦਾ ਉਹਨਾਂ ਨੂੰ, ਅਤੇ ਸਕੂਲ ਜਾਂਦੇ, ਸਕੂਲ ਬੱਚੇ ਜਾਂਦੇ ਨਹੀਂ, ਗੇਮਾਂ ਖੇਡਣ ਲੱਗ ਪੈਂਦੇ ਆ। ਤੇ ਤੁਸੀਂ ਕਦੀ ਉਹਨੂੰ ਕਿਹਾ ਨਹੀਂ ਕਿ ਭਾਈ ਜੀ ਇਹ ਸਾਡੇ ਬੱਚਿਆਂ ਨੂੰ ਮਨਾ ਕਰਿਆ ਕਰੋ, ਇੱਥੇ ਸਾਰੇ ਮਹੱਲੇ ਦੇ ਬੱਚੇ ਆਉਂਦੇ ਨੇ? ਉੱਤੋਂ ਗਾਲੀਆਂ ਨਕਾਰਦਾ, ਆਕੜਦਾ। ਤੇ ਇਹਲਾ ਮਹੱਲਾ ਹੀ ਹੁੰਦੇ ਤਾਂ ਪਰੇਸ਼ਾਨ ਹੈ? ਹਾਂ ਸਾਰੇ ਮਹੱਲੇ ਪਰੇਸ਼ਾਨ। ਤੇ ਤੁਸੀਂ ਗੌਰਮੈਂਟ ਕੋਲੋਂ ਕੀ ਚਾਹੁੰਦੇ ਜੀ, ਕੀ ਰਿਕੁਐਸਟ ਕਰਨਾ ਚਾਹੁੰਦੇ ਜੀ? ਅਸੀਂ ਕਿਹਾ ਸਾਨੂੰ ਇਨਸਾਫ਼ ਮਿਲੀ ਹੈ। ਬਾਜੀ ਜੀ ਤੁਸੀਂ ਹੁਣ ਗੌਰਮੈਂਟ ਕੋਲ ਕੀ ਚਾਹੁੰਦੇ ਜੀ? ਇਨਸਾਫ਼ ਚਾਹੁੰਦੇ ਹਾਂ, ਅਸੀਂ ਆਪ ਵੀ ਡਰੇ, ਬੱਚੇ ਵੀ ਸਾਡੇ ਡਰੇ, ਧਮਕੀਆਂ ਲਾਉਂਦੇ, ਲੰਘਦੇ ਟੱਪਦੇ, ਸ਼ਬਾਸ਼ ਸ਼ਰੀਫ ਕੋਲੋਂ ਇਨਸਾਫ਼ ਚਾਹੁੰਦੇ।